ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਅਤੇ ਸਬ ਆਫਿਸ ਦੇਵੀਗੜ੍ਹ ਕਾਂਗਰਸ ਦੇ ਇੰਚਾਰਜ ਜੋਗਿੰਦਰ ਸਿੰਘ ਕਾਕੜਾ OSG ਹੈਰੀਮਾਨ ਦੀ ਪ੍ਰਧਾਨਗੀ ਹੇਠ ਨਵੇਂ ਬਣੇ ਸਰਪੰਚਾਂ ਪੰਚਾਂ ਦਾ ਸਨਮਾਨ ਕਰਨ ਲਈ ਬਲਾਕ ਪੱਧਰੀ ਸਮਾਗਮ ਅਨਾਜ ਮੰਡੀ ਦੇਵੀਗੜ੍ਹ ਵਿਖੇ ਕਰਵਾਇਆ ਗਿਆ, ਜਿੱਥੇ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਪਰਨੀਤ ਕੌਰ ਨੇ ਪਾਰਟੀ ਵਰਕਰਾਂ ਅਤੇ ਨਵੀਆਂ ਬਣੀਆਂ ਪੰਚਾਇਤਾਂ ਨੂੰ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਹੁਣ ਤੋਂ ਹੀ ਇਕਜੁੱਟ ਹੋਣ ਲਈ ਸੱਦਾ ਦਿੱਤਾ ਹੈ। ਉਹਨੇ ਕਿਹਾ ਕਿ ਪੰਚਾਇਤੀ ਚੋਣਾਂ ਦੀ ਤਰ੍ਹਾਂ ਹੀ ਲੋਕ ਸਭਾ ਚੋਣਾਂ ਜਿੱਤ ਕੇ ਕਾਂਗਰਸ ਪਾਰਟੀ ਕੇਂਦਰ ਦੀ ਮੋਦੀ ਸਰਕਾਰ ਨੂੰ ਚਲਦਾ ਕਰੇਗੀ। ਹੈਰੀਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਹਰ ਵਰਗ ਪਰੇਸ਼ਾਨ ਹੈ। ਉਹਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਲਈ ਕਰਜ਼ਾ ਮਾਫ਼ ਕੀਤਾ ਹੈ। 22 ਮਹੀਨਿਆਂ ਦੇ ਅਰਸੇ ਦੌਰਾਨ ਹੀ ਹਲਕਾ ਸਨੌਰ ਵਿੱਚ 200 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਨੇ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਿੰਡ ਰੋਸ਼ਨਪੁਰ ਝੁੱਗੀਆਂ ਅਤੇ ਭਸਮੜਾ 'ਚ ਨਵੇਂ ਗ੍ਰਿਡ, ਪਿੰਡ ਸ਼ੇਖਪੁਰ ਘੱਗਰ ਦਰਿਆ 'ਤੇ 11 ਕਰੋੜ ਰੁਪਏ ਦੀ ਲਾਗਤ ਨਾਲ ਪੁਲ, ਪਟਿਆਲਾ ਤੋਂ ਦੇਵੀਗੜ੍ਹ ਤੱਕ ਸੜਕ ਨੂੰ 13 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਜਾਏਗਾ। 10 ਸਾਲਾਂ ਦੇ ਬਾਅਦ ਔਰ ਬਹੁਤ ਜ਼ਿਆਦਾ ਕੰਮ ਸੀ ਕਿਉਂਕਿ ਬਿਲਕੁਲ ਇੱਕ ਚੀਜ਼ ਵੀ ਨਹੀਂ ਹੋਈ ਸੀ। ਸੋ ਅੱਛੀ ਰਿਪੋਰਟ ਚੱਲ ਰਹੀ ਹੈ, ਪ੍ਰੋਗਰੈਸ ਚੱਲ ਰਹੀ ਹੈ ਔਰ ਅੱਜ ਆ ਕੇ ਉਹ ਇੱਕ ITI 'ਚ ਜਾਣਗੇ, ਅਰਬਨ ਸਟੇਟ ਦਾ ਹੀ ਉਦਘਾਟਨ ਹੋਏਗਾ ਇੱਕ ਤਾਂ ਇੱਕ ਜਿਹੜਾ ਵੈਟਨਰੀ ਹੋਸਪਿਟਲ ਹੈਗਾ ਜਿੱਥੇ ਆਪਾਂ ਸਟ੍ਰੇ ਡੋਗਸ ਦਾ ਸਟੈਰਲਾਈਜੇਸ਼ਨ ਔਰ ਉਹਨਾਂ ਦੇ ਟੀਕੇ ਲਗਵਾ ਰਹੇ ਹੈ ਉੱਥੇ ਉਸਦਾ ਉਦਘਾਟਨ ਹੋਊਗਾ। ਮੈਮ, ਜਿਹੜੇ ਤੁਹਾਨੂੰ ਮੰਗ ਪੱਤਰ ਦਿੱਤੇ ਗਏ ਨੇ ਉਹਨਾਂ ਦੀਆਂ ਮੰਗਾਂ ਨੇ ਕਦ ਤੱਕ ਜਿਹੜਾ ਹੱਲ ਹੋ ਜਾਣਗੇ, ਕੀ ਕਹਿਣਾ ਚਾਹੁੰਦੇ? ਦੇਖੋ, ਮੰਗਾਂ ਤਾਂ ਕਦੀ ਖਤਮ ਨਹੀਂ ਹੋਣਗੀਆਂ, ਇਹ ਆਨਗੋਇੰਗ ਪ੍ਰੋਸੈਸ ਹੈ ਤਾਂ ਇੱਕ ਇੱਕ ਲੈ ਕੇ ਅਸੀਂ ਸ਼ੁਰੂਆਤ ਕਰਾਵਾਂਗੇ ਔਰ ਪੂਰਾ ਇਹਨਾਂ ਦਾ ਸਾਥ। ਮੈਨੇ ਗੱਲ ਕੀਤੀ ਗਈ ਦੇਵੀਗੜ੍ਹ ਰੋਡ ਦੀ, ਸੜਕ ਦੀ ਗੱਲ ਕੀਤੀ ਸੀ ਮਾਨ ਸਾਹਿਬ ਨੇ ਵੀ, ਉਹ ਲੰਬੇ ਸਮੇਂ ਤੋਂ ਬੰਦ ਪਈ ਸੀ, ਉਹ ਕਹਿੰਦੇ ਵੀ ਦੇ ਦਿੱਤੀ ਗਈ ਆ, ਉਹਦਾ ਹੁਣ ਕਦੋਂ ਪ੍ਰੋਜੈਕਟ ਸ਼ੁਰੂ ਹੋ ਚੁੱਕਾ, ਕਦੋਂ ਤੱਕ? ਦੇਖੋ, ਅੱਜ ਮੀਟਿੰਗ ਹੋ ਰਹੀ ਹੈ ਤਾਂ ਪਤਾ ਚੱਲਦੇ ਸਾਰੀ ਤੁਹਾਨੂੰ ਮਾਨ ਸਾਹਿਬ ਦੱਸਦੇ। ਦੇਵੀਗੜ੍ਹ ਤੋਂ ਬਲਜਿੰਦਰ ਸਿੰਘ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।